जी सत श्रीकाल जी सारिआं नूं। ते जिवें कि तुहानूं सारिआं नूं पता ही है कि अपने कोल हले फिलहाल एक सीनियर असिस्टेंट की वैकेंसी निकली हुई है। किहड़ी? सीनियर असिस्टेंट कम इंस्पैक्टर ते सीनियर असिस्टेंट, मतलब दो वैकेंसीज निकलिया हुई हैं। ते काफ़ी बच्चे ना बड़े डीमोटिवेट होए पए ने। ते डीमोटिवेट क्यों होए पए ने कि साडा सीनियर असिस्टेंट दा किसी नूं सिलेबस ही नहीं पता, क्योंकि सीनियर असिसटेंट की जो एग्जाम लैना हुण इस बार PSSSB ने लैना है, तां फिर ਉਹ ਐਂ ਕਰ ਰਹੇ ਔਰ ਸਾਰੇ ਢਿੱਲੇ ਪਏ ਹੋਏ ਆ। ਕਹਿੰਦੇ ਕਿ ਵੀ ਸਾਡਾ ਅਸੀਂ ਕਰੀਏ ਕੀ ਆਪਾਂ ਕਰੀਏ ਕੀ। ਤਾਂ ਬੱਚੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਸੀਨੀਅਰ ਅਸਿਸਟੈਂਟ ਦਾ ਜੋ ਐਗਜ਼ਾਮ ਹੋਣ ਵਾਲਾ ਉਹ ਗਰੁੱਪ ਬੀ ਦੀ ਪੋਸਟ ਹੈ, ਹੈ ਨਾ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਹਾਡੀ ਐਗਜ਼ਾਮ ਡੇਟ ਆਏਗੀ ਜਾਂ ਫਿਰ ਜਦੋਂ ਸਿਲੇਬਸ ਆਊਟ ਹੋਏਗਾ ਉਦੋਂ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ ਅਤੇ ਤੁਹਾਡਾ ਐਗਜ਼ਾਮ ਕਲੀਅਰ ਹੋ ਜਾਏਗਾ? ਤਾਂ ਬਿਲਕੁਲ ਬੱਚੇ, ਵਹਿਮ ਜਿੰਨੇ ਵੀ ਹੈ ਨਾ ਸਾਰੇ ਆਪਦੇ ਦਿਮਾਗ ਦੇ ਵਿੱਚੋਂ ਕੱਢ ਦਿਓ, ਕਿਉਂਕਿ ਇੱਦਾਂ ਐਗਜ਼ਾਮ ਨਹੀਂ ਕਲੀਅਰ ਹੁੰਦੇ। ਤੁਸੀਂ ਐਗਜ਼ਾਮ ਕਲੀਅਰ ਕਰਨੇ ਤਾਂ ਤੁਹਾਨੂੰ ਅੱਜ ਤੋਂ ਲੱਗਣਾ ਪੈਣਾ। ਬੱਚੇ, ਜਿਹੜੀ ਚੀਜ਼ ਤੁਹਾਨੂੰ ਪਤਾ ਹੈ ਕਿ ਵੀ GK ਤਾਂ ਐਗਜ਼ਾਮ ਦੇ ਵਿੱਚ ਆਉਣੀ ਹੀ ਆਉਣੀ ਹੈ, ਮੈਥ ਤਾਂ ਆਪਣੇ ਕੋਲ ਐਗਜ਼ਾਮ ਦੇ ਵਿੱਚ ਆਉਣਾ ਹੀ ਆਉਣਾ ਹੈ, ਤਾਂ ਤੁਸੀਂ ਉਸ ਚੀਜ਼ ਨੂੰ ਨੈਗਲੈਕਟ ਕਿਉਂ ਕਰ ਰਹੇ ਹੋ? ਮਤਲਬ ਜੋ ਚੀਜ਼ ਆਪਣੇ ਹੱਥ ਦੇ ਵਿੱਚ ਉਸ ਨੂੰ ਤਾਂ ਆਪਾਂ ਹੁਣੇ ਤੋਂ ਸਟਰੋਂਗ ਕਰਕੇ ਚੱਲ ਰਹੇ ਹਾਂ ਨਾ, ਚੱਲ ਸਕਦੇ ਹਾਂ ਨਾ। ਤਾਂ ਜਦੋਂ ਸਿਲੇਬਸ ਆਏਗਾ ਉਦੋਂ ਦੇਖੀ ਜਾਏਗੀ ਕਿ ਆਪਾਂ ਪੰਜਾਬੀ ਕਰੀਏ, ਕੰਪਿਊਟਰ ਕਰੀਏ, ਪੰਜਾਬ GK ਕਰੀਏ, ਅੰਗਰੇਜ਼ੀ ਕਰੀਏ ਕਿ ਨਾ ਕਰੀਏ। ਤਾਂ ਬਸ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਹਾਂ ਕਿ ਹੁਣ ਜਿਹੜਾ ਆਪਣੇ ਕੋਲ ਟਾਈਮ ਹੈ ਉਸ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ? ਆਪਣੀ GK ਅਤੇ ਮੈਥਸ ਰੀਜ਼ਨਿੰਗ ਆਪਣਾ ਸਟਰੋਂਗ ਕਰ ਸਕਦੇ ਹੋ, ਜੋ ਕਿ ਐਗਜ਼ਾਮ ਦੇ ਵਿੱਚ ਤਾਂ ਆਉਣੀ ਹੀ ਆਉਣੀ ਆ। ਹੁਣ ਮੈਥਸ ਵਾਸਤੇ ਤੁਹਾਨੂੰ ਪਤਾ ਆਪਣੀ ਕਲਾਸਿਸ ਲੱਗਦੀਆਂ ਡੇਲੀ 8 ਵਜੇ। ਮੈਂ ਬਿਲਕੁਲ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦਾ ਮੈਂ ਮੈਥਸ ਤੁਹਾਨੂੰ ਕਵਰ ਅਪ ਕਰਵਾ ਰਹੀ ਹਾਂ, ਕਿੱਥੇ? ਆਪਣੇ ਇਸ ਚੈਨਲ ਦੇ ਉੱਪਰ ਜਿਹਦਾ ਨਾਮ ਕੀ ਹੈ, ਮੈਥਸ ਬਾਏ ਮੁਸਕਾਨ ਕਸ਼ਯਪ, ਠੀਕ ਹੈ। ਤਾਂ ਸਭ ਨੇ, ਠੀਕ ਹੈ, ਉਸ ਚੀਜ਼ ਨੂੰ ਫੋਲੋ ਅਪ ਕਰਨਾ, ਉਸ ਕਲਾਸਿਸ ਨੂੰ ਲਗਾਓ। ਮਤਲਬ ਬੱਚੇ, ਪੇਡ ਕਲਾਸ ਨਾਲੋਂ ਵੀ ਬੈਟਰ ਕੰਟੈਂਟ ਤੁਹਾਨੂੰ ਯੂਟਿਊਬ ਦੇ ਉੱਪਰ ਫਰੀ ਕਲਾਸਿਸ ਦੇ ਵਿੱਚ ਪ੍ਰੋਵਾਈਡ ਕੀਤਾ ਜਾ ਰਿਹਾ। ਤੁਸੀਂ ਇੱਕ ਵਾਰ ਵੀਡੀਓਜ਼ ਨੂੰ ਲਗਾ ਕੇ ਦੇਖੋ, ਠੀਕ ਹੈ। ਤੁਹਾਨੂੰ ਪ੍ਰੋਪਰ ਨੋਟਸ ਮਿਲਦੇ ਨੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਪਰ, ਲਿੰਕ ਵਗੈਰਾ ਮੈਂ ਸਾਰਾ ਤੁਹਾਨੂੰ ਦੇ ਦੂੰਗੀ, ਠੀਕ ਹੈ। ਤਾਂ ਮਤਲਬ ਉਸ ਚੀਜ਼ਾਂ ਨੂੰ ਡੇਲੀ ਅਟੈਂਡ ਕਰੋ ਅਤੇ ਤੁਹਾਨੂੰ ਫਰਕ ਨਜ਼ਰ ਆਏਗਾ। ਮਤਲਬ ਮੈਥਸ ਦਾ ਸਿਲੇਬਸ ਤੁਸੀਂ ਪੂਰਾ ਕਰਨਾ ਹੈ ਨਾ, ਤਾਂ ਮੈਂ ਪੇਪਰ ਤੋਂ ਪਹਿਲਾਂ ਤੁਹਾਨੂੰ ਮੈਥਸ ਦਾ ਸਿਲੇਬਸ ਕਵਰ ਕਰਵਾਉਂਗੀ। ਤਾਂ ਸਭ ਨੇ ਉਸ ਚੀਜ਼ ਨੂੰ, ਉਹ ਕਲਾਸਿਸ ਨੂੰ ਅਟੈਂਡ ਕਰਨਾ, ਓਕੇ। ਅਤੇ GK ਵਾਸਤੇ ਵੀ ਤੁਸੀਂ ਪੜ੍ਹਦੇ ਰਹੋ, ਮਤਲਬ ਹਿਸਟਰੀ, ਜੋਗ੍ਰਾਫੀ, ਪੋਲਿਟੀ, ਇਕੋਨਮੀ ਹੁਣੇ ਤੋਂ ਪੜ੍ਹਨਾ ਸ਼ੁਰੂ ਕਰ ਦਿਓ। ਮਤਲਬ ਥਿਓਰੇਟੀਕਲ ਪੜ੍ਹੋਗੇ ਤਾਂ ਜਾ ਕੇ ਤੁਸੀਂ ਬੀ ਗਰੁੱਪ ਦੇ ਐਗਜ਼ਾਮ ਦੇਣ ਦੇ ਕਾਬਿਲ ਹੋਵੋਗੇ। ਬਈ, ਇਹਨੂੰ ਕਲਰਕ ਵਾਂਗੂ ਲਾਈਟਲੀ ਨਾ ਲੈ ਜਿਓ ਕਿ ਬਈ ਕਲਰਕ ਹੈ ਇਹ ਉਹੀ ਨਿਕਲ ਜੂਗਾ, ਇੱਦਾਂ ਨਹੀਂ ਹੋਣ ਵਾਲਾ। ਅੱਜ ਤੋਂ ਪੜ੍ਹੋਗੇ ਉਦੋਂ ਨਿਕਲੇਗਾ। ਅਤੇ ਇਸ ਕਰਕੇ ਬੱਚੇ, ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹ ਰਹੀ ਹਾਂ, ਇਹ ਇਹੋ ਜਿਹਾ ਟਾਈਮ ਹੈ ਜਿੱਥੇ ਸਾਰੇ ਬੱਚੇ ਸੁੱਤੇ ਪਏ ਨੇ। ਉਹ ਇਹ ਸੋਚੇ ਕਿ ਬਈ ਸਿਲੇਬਸ ਆ ਜਾਂਦੇ ਫਿਰ ਆਪਾਂ ਪੜ੍ਹਾਂਗੇ, ਜਾਂ ਫਿਰ ਆਪਣੇ ਕੋਲ ਐਗਜ਼ਾਮ ਡੇਟ ਆਏ ਉਦੋਂ ਪੜ੍ਹਾਂਗੇ। ਤਾਂ ਬੱਚੇ, ਜੋ ਅੱਜ ਪੜ੍ਹੇਗਾ ਨਾ ਉਹਦੀ ਸਿਲੈਕਸ਼ਨ ਹੋਏਗੀ। ਤਾਂ ਇਸ ਕਰਕੇ ਮੈਂ ਤੁਹਾਨੂੰ, ਜਿਸ ਕੋਲ ਵੀ ਵੀਡੀਓ ਪਹੁੰਚ ਚੁੱਕੀ ਹੈ ਤਾਂ ਅੱਜ ਸੰਭਲ ਜਾਓ, ਠੀਕ ਹੈ। ਬਾਅਦ 'ਚ ਤੁਹਾਨੂੰ ਪਛਤਾਵਾ ਨਾ ਹੋਵੇ, ਹੈ ਨਾ, ਪਛਤਾਣਾ ਨਾ ਪੈ ਜੇ। ਇਸ ਕਰਕੇ ਅੱਜ ਤੋਂ ਹੀ ਆਪਣੀ ਤਿਆਰੀ ਕਰਨੀ ਸ਼ੁਰੂ ਕਰ ਦਿਉ। ਅਤੇ ਡੇਲੀ ਆਪਣੀ 8 ਵਜੇ ਮੈਥ ਦੀ ਕਲਾਸ ਲੱਗਦੀ ਆਪਣੀ ਮੈਥਸ ਬਾਏ ਮੁਸਕਾਨ ਕਸ਼ਯਪ ਦੀ ਯੂਟਿਊਬ ਚੈਨਲ ਨੂੰ, ਠੀਕ ਹੈ। ਉਸ ਨੂੰ ਫੋਲੋ ਕਰੋ, ਉਸ ਦੇ ਉੱਪਰ ਫੋਲੋ ਅਪ ਲਓ, ਉਹ ਕਲਾਸਿਸ ਅਟੈਂਡ ਕਰੋ, PDFs ਤੁਹਾਨੂੰ ਮਿਲਦੀਆਂ ਉਸ ਨੂੰ ਸੋਲਵ ਕਰੋ, ਠੀਕ ਹੈ। ਬੱਚੇ, ਅੱਜ ਮੈਂ ਤੁਹਾਨੂੰ ਇਹੀ ਦੱਸਣਾ ਸੀ। ਤਾਂ ਫਿਰ ਅੱਜ ਦੇ ਲਈ ਸਾਨੂੰ ਬਾਏ ਬਾਏ, ਚੇਕ ਕੇਅਰ ਅਤੇ ਸਤਿ ਸ਼੍ਰੀ ਅਕਾਲ, ਠੀਕ ਹੈ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਕਮੈਂਟ ਕਰਨਾ ਨਹੀਂ ਭੁੱਲਣਾ। ਕੋਈ ਡਾਊਟ, ਕੁਐਰੀ ਹੁੰਦੀ ਹੈ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ, ਅਤੇ ਉਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਹੀਂ ਭੁੱਲਣਾ। ਧੰਨਵਾਦ ਜੀ।